ਮੈਂ ਤੁਹਾਡੇ ਜਵਾਕ ਨੂੰ ਸਿਰਫ ਘੂਰਿਆ ਜੇ ਕੁਝ ਨਹੀਂ ਕਿਹਾ ਇਹਦੇ ਨਿਸ਼ਾਨਾ ਵੀ ਪੈ ਗਿਆ ਗੱਲ ਤੇ ਕੁਝ ਪੇੜ ਤਾਂ ਮਾਰੀ ਤੁਹਾਡਾ ਜਵਾਕ ਪੜ ਨਹੀਂ ਰਿਹਾ ਤੁਹਾਨੂੰ ਕੋਈ ਮਤਲਬ ਨਹੀਂ ਮੇਰਾ ਜਵਾਕ ਪੜੇ ਜਾਂ ਨਾ ਪੜੇ ਨਾਲੇ ਅਸੀਂ ਤਾਂ ਨੂੰ 12 ਹੀ ਪੜਾਉਣਾ ਹੈ 12 ਪੜਾ ਕੇ ਨੂੰ ਕੈਨੇਡਾ ਭੇਜਣਾ ਮੈਮ ਕੈਨੇਡਾ ਵੀ ਤਾਂ ਜਾਊ ਜੇ ਪੜੂਗਾ ਜੇ ਅੱਗੇ ਤੋਂ ਮੇਰੇ ਜਵਾਕ ਨੂੰ ਕੁਝ ਕਿਹਾ ਨਾ ਤਾਂ ਸਿੱਧਾ ਕੇਸ ਕਰ ਦੋ ਯਾਦ ਰੱਖੀ ਨਾ ਨਾ ਮੈਮ ਕੇਸ ਨਾ ਕਰਿਓ ਅਸੀਂ ਤੁਹਾਡੇ ਜਵਾਕ ਨੂੰ ਕੁਝ ਨਹੀਂ ਕਹਿੰਦੇ ਜਿਵੇਂ ਤੁਸੀਂ ਚਾਹੁੰਦੇ ਹੋ ਉਦਾਂ ਹੀ ਤੁਹਾਡੇ ਜਵਾਕ ਨੂੰ ਪੜਾਵਾਂਗੇ ਤੁਸੀਂ ਬੇਫਿਕਰ ਰਹੋ रखे जैसा ना तू पहली चाही ना लक्षण तेरे भी सीरी वाले सी खड़ जा तू की बोलता ਤੁਸੀਂ ਵੀ ਲੇਟ ਹੋ ਗਏ ਓਏ ਅਸੀਂ ਕਾਹਨੂੰ ਲੇਟ ਹੋ ਗਏ ਆ ਮਾਸਟਰ ਨੇ ਸਕੂਲ ਹੀ ਅੱਜ ਪਹਿਲਾਂ ਲਾ ਲਿਆ ਹੁਣ ਕੀ ਕਰੀਏ ਫਿਰ ਯਾਰ ਕਰਨਾ ਕੀ ਆ ਚੱਲਦੇ ਆ ਸਕੂਲ ਚ ਖਾ ਲੈਣਾ ਦੋ ਦੋ ਰਾਮ ਪੈਰੀ ਤੇ ਫਿਰ ਉਹ ਚੁੱਪ ਕਰ ਜਾ ਯਾਰ ਮੇਰੇ ਹੁੰਦੇ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ ਆਪਾਂ ਨਾ ਐਂ ਕਰਦੇ ਆ ਆਪਾਂ ਪਿਛਲੀ ਕੰਧ ਟੱਪ ਕੇ ਚੱਲਦੇ ਆ ਸਕੂਲ ਦੀ ਓ ਯਾਰ ਮੈਂ ਤਾਂ ਟੱਪੀ ਵੀ ਨਹੀਂ ਜਾਣੀ ਮੇਰਾ ਢਾਡੀ ਬੜਾ ਮੋਟਾ ਹੈਗਾ ਉਹ ਕੁਝ ਨਹੀਂ ਹੁੰਦਾ ਮੈਂ ਟਪਾਉਂਗਾ ਤੈਨੂੰ ਆ ਜਾ ਆ ਜਾ आजो पता मैं टपाना कान थल गोरा गोरा रंग कुड़ी खंड दा खेडना तेरे मगर फिरा बड़े चिरदानी हाय वो किन्नी सोहनी है ओए ओ मुंडा गट ते पटोलिया तेरा नाम लिखवाई फिरदानी मुंडा गट ते पटोलिया ओ जे किते आ मैडम अपने स्कूल च आ जे ना मैं नु प्रिंसिपल बना दा ते मैनु ऑर्डर दे ते मैं ते ऑर्डर मन्नी जावा बस मनी जावा सर आके देख रहे हो जी तू इथे कर दो माड़ा मोटा बिल बुल मार लिया करो सर पानी तू जा पा जा तू पी लूं आपी पानी मैं मुंह फोन आ गया हेलो वो जिदे ना तेरा रिश्ता होया सो तां सोनी ना भज गई अच्छा केड़ा जित्ता फिर वो मजाक नहीं करदा सच्ची कहना यार वो तां उहदे नाल ब्याह कराउण नूं फिरदी आ सच्ची भज गई ਮੈਂ ਤਾਂ ਕਹਿੰਦਾ ਪਤਾ ਕਿ ਕੰਮ ਫੋਨ ਕਰਕੇ ਉਹ ਦੇਖਦਾ ਹਾਏ ਤਾਂ ਫੋਨ ਨਹੀਂ ਚੱਕਦੀ ਸੋਨੀ ਦਾ ਨੰਬਰ ਲੈਣਾ ਹੈਲੋ ਇੱਕ ਮਿੰਟ ਹਾਂਜੀ ਸਰ ਇਹ ਅਮਨ ਮੈਡਮ ਨੇ ਫੜਾਇਆ ਜੀ ਕੁੜੀ ਦੇ ਘਰਦਿਆਂ ਦਾ ਨੰਬਰ ਲਿਖਿਆ ਹੋਇਆ ਉਹਨਾਂ ਨੂੰ ਕਾਲ ਕਰਕੇ ਬੁਲਾ ਲਓ ਕੁੜੀ ਪੜ੍ਹਦੀ ਨਹੀਂ ਹੈਗੀ ਸ਼ਰਾਰਤਾਂ ਬਹੁਤ ਕਰਦੀ ਹੈ ਇੱਥੇ ਰੱਖ ਦਿਓ ਯਾਰ ਹੈਲੋ ਉਹ ਯਾਰ ਸੋਨੀ ਦਾ ਨੰਬਰ ਦੇ ਯਾਰ ਸੋਨੀ ਦਾ ਨੰਬਰ ਹੋਰ ਯਾਰ ਤੈਨੂੰ ਜਲਦੀ ਠੀਕ ਆ ਮੈਂ ਕਰਦਾ ਸਰ ਅਸੈਂਬਲੀ ਸਟਾਰਟ ਹੋ ਗਈ ਆ ਜੂ ਉਹ ਮੈਂ ਅਸੈਂਬਲੀ 'ਚ ਬੰਬ ਸੁੱਟਣਾ ਜਾਓ ਯਾਰ ਕਰਾ ਲਓ ਯਾਰ ਤੁਸੀਂ ਜਾ ਕੇ ਇੱਕ ਤਾਂ ਤਪਾ ਮਾਰਿਆ ਜਾ ਮੇਰੀ ਫਿਉਂਸੇ ਭੱਜ ਗਈ ਇਹਨਾਂ ਨੂੰ ਅਸੈਂਬਲੀਆਂ ਦੀ ਪਈ ਹੈ ਦੱਸਦਾ ਇਹਨੂੰ ਮੈਂ ਉਹ ਕਿਹੜਾ ਨੰਬਰ ਸੀ ਉਹਦਾ ਹਾਂ ਸੀਗਾ ਇਹਨੂੰ ਦੱਸਦਾ ਖੜ ਜਾ ਕੀ ਗੱਲ ਹੁੰਦੀ ਆ ਹਾਏ ਕਿਹਦਾ ਫੋਨ ਆ ਗਿਆ ਦੇਖਾ ਹੈਲੋ ਅੱਛਾ ਮੇਰਾ ਚੱਕਿਆ ਨਹੀਂ ਇਹਦਾ ਚੱਕ ਲਿਆ ਹੁਣ ਮੈਂ ਬੋਲਦਾ ਕੌਣ ਹੈ ਤੂੰ
ਨਾ ਹੁਣ ਸੌਖੀਆਂ ਦੇ ਨਾਲ ਭੱਜ ਕੇ ਸੱਜਰੇ ਨਾਲ ਨਾ ਕਿਹਦੇ ਨਾਲ ਭੱਜ ਗਈ ਨਾ ਮੈਨੂੰ ਗੱਲ ਤਾਂ ਦੱਸ ਇਹਦੇ ਨਾਲ ਇਹਨੂੰ ਤਾਂ ਕੋਈ ਕੁੱਤੀ ਨਹੀਂ ਦਿੰਦਾ ਤੂੰ ਇਹਦੇ ਨਾਲ ਭੱਜ ਗਈ ਉਹ ਸਿਰੇ ਦਾ ਫੁੱਦੂ ਬੰਦਾ ਸੋਨੀ ਕਿੱਥੇ ਬੋਲਦਾ ਤੂੰ ਤੇਰਾ ਫਿਉਂਸੇ ਬੋਲਦਾ ਪ੍ਰਿੰਸੀਪਲ ਕਿਹੜਾ ਪ੍ਰਿੰਸੀਪਲ ਹੁਣ ਮੈਨੂੰ ਭੁੱਲ ਗਈ ਤੈਨੂੰ ਬੰਦੇ ਦਾ ਪੁੱਤ ਨਾ ਬਣਾਇਆ ਮੇਰਾ ਨਾਂ ਲਾ ਜਾਣੀ ਛਿੰਦੋ ਤੂੰ ਇੱਥੇ ਆ ਮੇਰੇ ਨਾਲ ਮੇਰੇ ਕੋਲ ਆ ਕੇ ਗੱਲ ਕਰ ਜਿਹੜੀ ਕਰਨੀ ਹੈ ਕੋਈ ਨਾ ਖੜ ਜਾ ਤੂੰ ਹੁਣੇ ਆ ਨਾਲ ਉਹਨੂੰ ਵੀ ਲੈ ਕੇ ਆ ਮੈਂ ਦੱਸਦਾ ਕਰਦਾ ਹੱਲ ਤੁਹਾਡਾ ਮੈਂ ਤੂੰ ਇੱਥੇ ਆ ਜਾ ਹੁਣੇ ਆ ਮੇਰੇ ਸਾਲੇ ਦੀ ਕੱਟ ਗਈ ਫੋਨ आ जा पुत मेरे आ जा आ जा तू भी आ जा ਜਾ ਕਿੱਥੇ ਓਏ ਆ ਜਾ ਆ ਜਾ ਆ ਜਾ ਤੂੰ ਵੀ ਲੰਘਿਆ ਤੇਰੀ ਵੇਟ ਕਰੀ ਜਾਂਦਾ ਸੀ ਮਾਸਟਰਮਾਈਂਡ ਤਾਂ ਮਿੱਤਰਾ ਤੂੰ ਹੀ ਆ ਆ ਜਾ ਤੇ ਨਹੀਂ ਆ ਜਾ ਉਧਰ ਵੀ ਕਰਦਾ ਸਰਵਿਸ ਮੈਂ ਅੱਛਾ ਤੇ ਤੂੰ ਬਚਾਏਗਾ ਇਹਨਾਂ ਦੀ ਰਾਮ ਪਿਆਰੀ ਇਹ ਆ ਮਾਰਾ ਡੰਡਾ ਬਚਾ ਕੇ ਦਿਖਾ ਚੱਲ ਚੱਲ ਕੰਨ ਫੜ ਸੋਰੀ ਤਾਂ ਕੋਈ ਗੱਲ ਨਹੀਂ ਇਹਨਾਂ ਨੂੰ ਤਾਂ ਛੱਡ ਪਹਿਲਾਂ ਨਾ ਤੂੰ ਆਪਣੇ ਆਪ ਨੂੰ ਬਚਾ ਕੇ ਮੈਨੂੰ ਕਹਿੰਦਾ ਤੂੰ ਨਿਕਲ ਗਈ ਐ ਕਿਵੇਂ ਮੈਂ ਨਿਕਲ ਗਈ ਇਹਨੂੰ ਕਰਦੇ ਆ ਲੋਟ ਗੱਲ ਕਰਦੇ ਆ ਚੱਲ ਅੱਜ ਕਰਦੇ ਆ ਜਲੂਸ ਇਹਦਾ ਕੋਈ ਨਾ ਚੰਗੀ ਤਰ੍ਹਾਂ ਆ ਜਾ ਵੀ ਮੁੰਡਿਓ ਤੁਸੀਂ ਨਾ ਬੋਲਿਓ ਕੁਛ ਮੈਂ ਕਰਦੀ ਆ ਗੱਲ ਇਹਦੇ ਨਾਲ ਵੱਡਾ ਪ੍ਰਿੰਸੀਪਲ ਮੈਂ ਇੱਥੇ ਬੈਠਣ ਨਹੀਂ ਆਈ ਨਾਲੇ ਕਿਹੜੀ ਮੀਟਿੰਗਾਂ ਕਰਦਾ ਉਹ ਤਾਂ ਡਾਂਗਾ ਨਹੀਂ ਕਰਦੇ ਆ ਮੈਨੂੰ ਫੋਨ ਕਰਕੇ ਡਰਾਮੇ ਕਰਦਾ ਸੀ ਮੈਂ ਤਾਂ ਕਿਸੇ ਦੀ ਕੁੜੀ ਨਹੀਂ ਸੀ ਕੋਈ ਗੱਲ ਨਹੀਂ ਤੁਸੀਂ ਪਾਣੀ ਪੂਰੀ ਪੀਓ ਵੀਰ ਜੀ ਬੈਠੋ ਆਰਾਮ ਨਾਲ ਗੱਲ ਕਰੋ ਸਰ ਬੀਜੀ ਨੇ ਹੋਇਆ ਕੀ ਆ ਤੇਰੀ ਓਏ ਆ ਤਾਂ ਜਿਹੜਾ ਮੈਡਮ ਨੰਬਰ ਦੇ ਗਈ ਸੀ ਉਹਦੇ ਫੋਨ ਲੱਗ ਗਿਆ ਹਜੇ ਤਾਂ ਤੇਰੇ 'ਤੇ ਬੜਾਂਗਾ ਪੱਕਾ ਹੋਏ ਹਾਏ ਕਿ ਤਾਂ ਅੱਗੇ ਚੜ੍ਹ ਕੇ ਲੁਕ ਜਾ ਓਏ ਕਲਾਸ ਟੈਨ ਜੈ ਹਿੰਦ ਬਹਿ ਜਾਓ ਬਹਿ ਜਾਓ ਹਾਂਜੀ ਹਾਂਜੀ ਹਾਂ ਕਲਾਸ ਹਾਂਜੀ ਹਲੇ ਇਹ ਕੀ ਲੋੜ ਸੀ ਉੱਠਣ ਦੀ ਦਿਮਾਗ ਦਿਮਾਗ ਵੀ ਬਹੁਤ ਮੋਟਾ ਬਹਿ ਜਾ ਹਾਂ ਬਾਈ ਕੰਮ ਕਰਕੇ ਆਓ ਸਾਰੇ ਹਾਂ ਜੀ ਚਲੋ ਕੱਲੇ ਕੱਲੇ ਨੇ ਕਾਪੀਆਂ ਲੈ ਕੇ ਆਓ ਤੇਰੀ ਕਾਪੀ ਪੂਰੀ ਕੀ ਹੋਇਆ ਓਏ ਕਾਪੀ ਲੈ ਕੇ ਆਓ ਲੈ ਵੈਰੀ ਗੁੱਡ ਪੁੱਤ ਬਹਿ ਜਾ ਲੈ ਆ ਓਏ ਪੁੱਤ ਲੈ ਪੁੱਤ ਹਾਂ ਬਾਈ ਲੈ ਆ ਤੂੰ ਓਏ ਕੀ ਹੋਇਆ ਵਾ ਚੱਪਣੀ ਕਰਿਆ ਦੱਸਾਂ ਲੈ ਪੱਪੀ ਤੂੰ ਲੈ ਕੇ ਆ ਗਿਆ ਜੀ ਉੱਠ ਉੱਠ ਕਾਪੀ ਕਿੱਥੇ ਤੇਰੀ ਕੰਮ ਤਾਂ ਪੂਰਾ ਜੀ ਕਾਪੀ ਘਰੇ ਰਹਿ ਗਈ ਤੇ ਫਿਰ ਤੂੰ ਕਿਵੇਂ ਇੱਥੇ ਆ ਗਿਆ ਹੋਰ ਕਿਸੇ ਦਾ ਬਹਾਨਾ ਹੈਗਾ ਕਾਪੀ ਦਾ ਨਹੀਂ ਜੀ ਚੱਲ ਫਿਰ ਬਣ ਮੁਰਗਾ ਬਣ ਬਣ ਕਿਹਦਾ ਫੋਨ ਆ ਗਿਆ ਪ੍ਰਿੰਸੀਪਲ ਸਰ ਬਣ ਬਣ ਮੁਰਗਾ ਤੂੰ ਹੈਲੋ ਹਾਂਜੀ ਸਰ ਕੁਲਦੀਪ ਕਿੱਥੇ ਆ ਕਲਾਸ ਰਿਹਾ ਸਰ ਤਾਂ ਮੈਂ ਬੈਂਚ ਥੱਲੇ ਬੈਠਾ ਦਫ਼ਤਰ 'ਚ ਓਏ ਬਾਰਾਂ ਧਰਨਾ ਲਾਈ ਬੈਠਾ ਕੋਈ ਆ ਬੁੜੀ ਜੀ ਨਾ ਪਤਾ ਨਹੀਂ ਕੀ ਹੋਇਆ ਡਾਂਗਾ ਡੂੰਗਾ ਲਈ ਫਿਰਦੇ ਅੱਜ ਤਾਂ ਮੈਨੂੰ ਵੱਟਣਗੇ ਓਏ ਕੀ ਹੋਇਆ ਸਰ ਤੂੰ ਕਲਾਸ ਦੀ ਗੋਲੀ ਮਾਰ ਤੂੰ ਬਾਈ ਬਣ ਕੇ ਇੱਥੇ ਆ ਹਾਂ ਮੈਂ ਇੱਟਰ ਸਾਂਭਾ ਕੇ ਮੈਨੂੰ ਤਾਂ ਮਾਰ ਦੇਣਗੇ ਅੱਜ ਜਲਦੀ ਹੈ ਜਲਦੀ ਕੰਨ ਫੜ ਕੰਨ ਤੂੰ ਗੱਲ ਸੁਣੋ ਓਏ ਪ੍ਰਿੰਸੀਪਲ ਸਰ ਨੇ ਬੁਲਾਇਆ ਮੈਨੂੰ ਤੇ ਪੜ੍ਹ ਲਓ ਧਿਆਨ ਨਾਲ ਪਹਾੜੇ ਯਾਦ ਕਰ ਲਓ ਤੇ ਤੂੰ ਉਹਨਾਂ ਦਾ ਮੁਰਗਾ ਬਣਿਆ ਰਹੀ ਜੇ ਉੱਠਿਆ ਹਿਸਾਬ ਲਾ ਲਈ
ਸ਼ਕਤੀਮਾਨ ਭਜਾਤਾ ਨਾ ਮਾਸਟਰ ਉਹ ਵਧੀਆ ਕੀਤਾ ਪੱਪੀਏ ਨੂੰ ਭਜਾਤਾ ਨਹੀਂ ਤਾਂ ਇਹਨੇ ਆਪਣੇ ਅੱਜ ਪੁੜੇ ਬਹੁਤ ਕੁੱਟਣੇ ਸੀ ਮੋਟੇ ਓਏ ਚੰਗਾ ਹੋ ਗਿਆ ਮਾਸਟਰ ਵਗ ਗਿਆ ਓਏ ਅੱਜ ਤਾਂ ਡਰਾ ਕੇ ਹੀ ਰੱਖਤੇ ਸੀ ਉਹ ਸਹੀ ਗੱਲ ਆ ਮੇਰਾ ਤਾਂ ਅੱਜ ਕੰਮ ਵੀ ਨਹੀਂ ਪੂਰਾ ਸੀਗਾ ਡਰਦੇ ਤਾਂ ਉਹ ਹੁੰਦੇ ਆ ਜਿਨ੍ਹਾਂ ਦਾ ਕੰਮ ਨਹੀਂ ਪੂਰਾ ਹੁੰਦਾ ਉਹ ਚੁੱਪ ਕਰ ਜਾ ਤੇਰੀ ਕਾਪੀ ਪਾੜ ਦੂੰ ਮੈਂ ਐਂ ਕਿਵੇਂ ਪਾੜ ਦੇਗਾ ਹਿੰਮਤਾਂ ਦਾ ਹੱਥ ਲਾ ਕੇ ਦਿਖਾ ਆ ਲੈ ਹਿੰਮਤ ਦੀ ਗੱਲ ਨਾ ਕਰ ਕੁੜੀਏ ਤੈਨੂੰ ਪਤਾ ਸੀ ਕੀ ਕਰ ਸਕਦੇ ਆ ਕੀ ਕਰ ਸਕਦੇ ਹੋ ਤੈਨੂੰ ਪਤਾ ਸੀ ਕੀ ਕਰ ਸਕਦੇ ਆ ਕੀ ਤੈਨੂੰ ਪਤਾ ਸੀ ਕੀ ਕਰ ਸਕਦੇ ਆ ਬਈ ਆਪਾਂ ਕੀ ਕਰ ਸਕਦੇ ਆ ਵੈਸੇ ਮੈਂ ਦੱਸਦਾ ਕੀ ਕਰ ਸਕਦੇ ਆ ਉਹ ਸਾਹਮਣੇ ਪਿੰਡਾ ਛੱਤਾ ਜੀ ਦਾ ਨਾ ਜਿਹੜਾ ਉੱਤੇ ਨਿਸ਼ਾਨਾ ਲਾਊ ਉਹ ਜਿੱਤ ਗਿਆ ਕਿੱਥੇ ਮੇਰਾ ਬਲੱਡ ਵਧਾਇਆ ਵੇ ਆਉਣਾ ਬਾਹਰ ਕੀ ਮੈਂ ਆਵਾਂ ਓ ਮੈਡਮ ਕੀ ਹੋਇਆ ਜੀ ਮੈਂ ਤੂੰ ਐ ਪ੍ਰਿੰਸੀਪਲ ਨਹੀਂ ਨਹੀਂ ਮੈਂ ਨਹੀਂ ਮੈਡਮ ਪ੍ਰਿੰਸੀਪਲ ਸਾਹਿਬ ਅੰਦਰ ਮੀਟਿੰਗ ਦੇ ਵਿੱਚ ਆ ਗੱਲ ਕੀ ਹੋਈ ਮੈਨੂੰ ਗੱਲ ਦੱਸੋ ਮੈਨੂੰ ਫੋਨ ਕਰਕੇ ਆਵਾ ਤਾਵਾ ਬੋਲਦਾ ਤੁਸੀਂ ਗਰਮ ਨਾ ਹੋ ਤੁਸੀਂ ਬੈਠੋ ਮੈਂ ਅੰਦਰ ਗੱਲ ਕਰਨਾ ਕਰਕੇ ਗੱਲ ਤੁਹਾਨੂੰ ਦੱਸਦਾ ਮੈਂ ਨਾਲੇ ਕਿਹੜੀ ਮੀਟਿੰਗ ਆ ਮੈਨੂੰ ਸਾਰਾ ਪਤਾ ਬੁਲਾਓ ਉਹਨੂੰ ਓ ਮੈਡਮ ਤੁਸੀਂ ਬੈਠੋ ਤਾਂ ਸਹੀ ਇੱਕ ਵਾਰੀ ਮੈਂ ਕਰਦਾ ਗੱਲ ਬੈਠੋ ਇੱਕ ਵਾਰੀ ਬਾਈ ਬਹਿ ਜਾਂਦੀ ਆ ਮੈਂ ਵੀ ਇੱਥੇ ਹੀ ਬੈਠੀ ਆ ਗੱਲ ਕਰਕੇ ਜਾਊਂਗੀ ਕਿਤੇ ਨਹੀਂ ਜਾਂਦੀ ਮੈਂ ਮੈਨੂੰ ਬੁਲਾ ਕੇ ਸਾਰਾ ਆਪ ਹੈ ਨਹੀਂ ਕੁਰਸੀ 'ਤੇ ਲੱਗਦਾ ਬਾਹਰ ਹੀ ਹੋਣਗੇ ਕਿਤੇ ਉਹ ਹੈਗਾ ਕੋਈ ਆ ਸੀ ਸਰ ਤੁਸੀਂ ਮੈਂ ਥੱਲੇ ਬੜੇ ਬੈਠੇ ਹੋ ਬਾਹਰ ਮਾਹੌਲ ਤਾਂ ਨਹੀਂ ਲੱਗੀ ਬਣਿਆ ਪਿਆ ਮਾਹੌਲ ਤਾਂ ਮੈਂ ਵੇਖਿਆ ਤੁਸੀਂ ਪਹਿਲਾਂ ਬਾਹਰ ਤਾਂ ਆਓ ਮੈਂ ਨਹੀਂ ਤੂੰ ਆ ਸਰ ਬਾਹਰ ਆਓ ਤੁਸੀਂ ਕਿਉਂ ਘਬਰਾਉਂਦੇ ਬਾਹਰ ਆਓ ਕੋਈ ਆ ਗਿਆ ਤਾਂ ਪੁੱਛਣਾ ਕੀ ਲੱਗਦਾ ਕੀ ਗੱਲ ਹੋਈ ਆ ਸਰ ਹਾਲੇ ਕੌਣ ਆ ਔਰਤ ਜਿਹੜੀ ਰੌਲਾ ਪਾ ਰਹੀ ਆ ਪਤਾ ਨਹੀਂ ਡਾਂਗਾ ਲੈ ਕੇ ਆ ਗਏ ਯਾਰ ਮੈਂ ਤਾਂ ਤੂੰ ਹੱਲ ਕਰ ਬਾਈ ਬਣ ਕੇ ਕੋਈ ਸਰ ਮਸਲਾ ਤਾਂ ਵੱਡਾ ਵੈਸੇ ਚਲੋ ਤੁਸੀਂ ਘਬਰਾਓ ਨਾ ਮੈਂ ਕਰਦਾ ਗੱਲ ਤੂੰ ਸੋਚ ਕੁਛ ਮੈਂ ਸੋਚਿਆ ਵੀ ਆ ਮੈਂ ਕਰਦਾ ਗੱਲ ਤੁਸੀਂ ਘਬਰਾਓ ਨਾ ਪਾਣੀ ਪੀਓ ਤੁਸੀਂ ਸੋਚ ਲਾ ਖੁਸ਼ ਜਾਓ ਸਰ ਸੋਚ ਤੁਸੀਂ ਕਿਉਂ ਘਬਰਾਉਂਦੇ ਹੋ ਸਰ ਕੋਈ ਗੱਲ ਕਰਾਂ ਮੈਂ ਤੁਸੀਂ ਬੈਠੋ ਇੱਥੇ ਮੈਂ ਗੱਲ ਕਰਦਾ ਉੱਥੇ ਬਹਿ ਜਾ ਮੈਂ ਹਾਂ ਬਹਿ ਜਾ ਥੱਲੇ ਨਾ ਤੂੰ ਕੁਰਸੀ 'ਤੇ ਬੈਠੋ ਤੁਸੀਂ ਕਿਉਂ ਡਰਦੇ ਹੋ ਮੈਂ ਹੈ ਇੱਥੇ ਸੀ ਖੜ ਜੀ ਮੈਂ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਹਾਂ ਮੈਂ ਇੱਥੇ ਬੈਠੋ ਨਾ ਆਇਆ ਨਹੀਂ ਤੇਰਾ ਪ੍ਰਿੰਸੀਪਲ ਬਾਹਰ ਮੈਡਮ ਮੈਂ ਅੰਦਰ ਸਾਰੀ ਗੱਲ ਕਰਕੇ ਆਇਆ ਦੇਖੋ ਅਸਲ 'ਚ ਕਾਰਨ ਪਤਾ ਕੀ ਹੋਇਆ ਫੋਨ ਉਹਨਾਂ ਨੇ ਕਿਸੇ ਹੋਰ ਨੂੰ ਲਾਉਣਾ ਸੀ ਗਲਤੀ ਨਾਲ ਤੁਹਾਨੂੰ ਲੱਗ ਗਿਆ ਐਂ ਕਿਵੇਂ ਫੋਨ ਲੱਗ ਗਿਆ ਮੈਨੂੰ ਪਤਾ ਨਹੀਂ ਕਿਹਦੇ ਕਿਹਦੇ ਮੁੱਕੋਲ ਮੂੰਹ ਮਾਰਿਆ ਹੋਣਾ ਇਹਨੇ ਮੇਰੇ ਤਾਂ ਬੇਇੱਜ਼ਤੀ ਕਰਤੀ ਇਹਨੇ ਸਾਰੇ ਪਿੰਡ ਵਿੱਚ ਮੇਰੀ ਮਿੱਟੀ ਪਲੀਤ ਕਰਤੀ ਮੈਂ ਕੀ ਜਵਾਬ ਦਊਂਗੀ ਘਰ ਜਾ ਕੇ ਦੇਖੋ ਮੈਂ ਤੁਹਾਡੇ ਫਾਇਦੇ ਦੀ ਗੱਲ ਕਰਨ ਆਇਆ ਗਾ ਕਿਹੜਾ ਫਾਇਦਾ ਦੇਖੋ ਆ ਪ੍ਰਿੰਸੀਪਲ ਸਰ ਨੇ ਨਾ ਤੁਹਾਡੇ ਲਈ ਕੁਝ ਪੈਸੇ ਭੇਜੇ ਆ ਰੱਖੋ ਤੁਸੀਂ ਉਹ ਕਹਿੰਦੇ ਸਾਨੂੰ ਮਾਫ਼ ਕਰ ਦਿਓ ਵੀ ਗਲਤੀ ਤਾਂ ਮੇਰੇ ਤੋਂ ਹੋਈ ਆ ਇਹ ਤੁਹਾਡੇ ਬੱਚਿਆਂ ਦੀ ਪੜ੍ਹਾਈ ਦੇ ਕੰਮ ਹੋਣਗੇ ਪੈਸੇ ਐ ਨਾ ਸੋਚੀ ਮੈਂ ਪੈਸਿਆਂ ਕਰਕੇ ਚੁੱਪ ਕਰਦੀ ਅੱਗੇ ਤੋਂ ਜੇ ਇਹਨੇ ਮੈਨੂੰ ਫੋਨ ਲਾਇਆ ਜਾਂ ਕੋਈ ਹੋਰ ਹਰਕਤ ਕੀਤੀ ਮੈਂ ਠਾਕਾ ਮਾਰ ਦੂੰ ਇਹਦੀਆਂ ਓਕੇ ਧੰਨਵਾਦ ਮੈਡਮ ਤੁਸੀਂ ਜਾਓ ਹੁਣ ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਕਰਦੀ ਫੋਨ ਤੁਹਾਨੂੰ ਉਹ ਗਲਤੀ ਹੋ ਗਈ ਨਾ ਤਾਂ ਮੈਂ ਵੀ ਤੁਹਾਡੇ ਤੋਂ ਗਲਤੀ ਮੰਨਦਾ ਚੱਲ ਠੀਕ ਹੈ ਚੱਲ ਐ ਮੁੰਡਿਆ ਪਾਸੇ ਹੋ ਮੈਂ ਮਾਰਦਾ ਲਵਰੂ ਵਡਾ ਦੀਆਂ ਓਏ ਸਾਰੀਆਂ ਡਾ ਦੀਆਂ ਹਾਏ ਅੱਧੀ ਛੁੱਟੀ ਸਾਰੀ ਇੱਥੇ ਲੜ ਕੇ ਦਿਖਾ ਵੀ ਹੁਣ ਦੇਖੀ ਨਜ਼ਾਰਾ ਆਉਂਦਾ ਓਏ ਮਾਸਟਰ ਵੀ ਭੱਜ ਗਿਆ ਹੁਣ ਆਪਾਂ ਲਵਾਂਗੇ ਨਜ਼ਾਰੇ ਰੱਬੀ ਰੱਬੀ ਤੇਰਾ ਕੱਦ ਵੱਧ ਗਿਆ ਲਵਰੂਪ ਤੇਰੇ ਡੈਡੀ ਵੀ ਆ ਗਈ ਓਏ ਹਾਂ ਹਾਂ ਲਵਰੂਪ ਤਾਂ ਵੱਡਾ ਹੋ ਗਿਆ ਮਾਸਟਰ ਵੀ ਬਣ ਗਿਆ ਪੁੱਤ ਮੇਰਿਆ ਕੀ ਕਰਦਾ ਸੀ ਓਏ ਮਾਂ ਪ੍ਰਿੰਡਾ ਡਾਈਆਂ ਜੀ ਇਹਨਾਂ ਦੇ ਮੂੰਹ 'ਤੇ ਲੜ ਜਾਂਦੀਆਂ ਅਤੇ ਹੁਣ ਇਹ ਲੇਡੀਜ਼ ਗੀਤ ਕਰਨਗੀਆਂ ਹੈ ਪਹਿਲਾਂ ਸੀਟ 'ਤੇ ਆ ਤੂੰ ਆ ਇੱਧਰ ਹੋਰ ਕਿਹੜੇ ਕਿਹੜੇ ਸਿਰ ਨਾਲ ਓਏ ਕੁੜੀ ਤੂੰ ਵੀ ਰਲ ਕੇ ਇਹਨਾਂ ਨਾਲ ਹਾਂ ਓਏ ਸ਼ਰਮਾ ਜਿਹਾ ਤੈਨੂੰ ਪਹਾੜੇ ਯਾਦ ਕਰਨ ਨੂੰ ਕਿਹਾ ਸੀਗਾ ਪਹਾੜਾ ਸੁਣਾ ਚਲਾ ਪਹਾੜੇ ਹਾਂ ਸੁਣਾ ਇੱਧਰ ਆਪਣਾ ਇੱਥੇ ਆ ਸੁਣਾ ਪਹਾੜੇ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਤਿੰਨ ਦੂਣੀ ਛੇ ਦੂਣੀ ਦਾ ਪਹਾੜਾ ਸੁਣਾਉਣ ਨੂੰ ਤੂੰ ਦੂਜੀ ਕਲਾਸ 'ਚ ਆ ਅੱਠਵੀਂ 'ਚ ਹੋਇਆ ਵਾ ਚੱਲ ਨਾਏ ਦਾ ਪਹਾੜਾ ਸੁਣਾ ਸਰ ਅੱਠਵੀਂ ਕਲਾਸ 'ਚ ਪੜ੍ਹਦਾ ਹੀ ਨਾਏ ਦਾ ਕਿਵੇਂ ਸੁਣਾ ਵਾ ਸੁਣਾਉਣਾ ਕਿ ਸੁਣਾ ਦੋ ਇੱਕ ਨਾਇਆ ਨਾਇਆ ਦੋ ਨਾਏ ਅਠਾਰਾਂ ਅੱਗੇ ਅੱਗੇ ਤਿੰਨ ਨਾਇਆ ਛੱਬੀ ਸਤਾਈ 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 ਚੱਲ ਅੱਗੇ ਸੁਣਾ ਚਾਰ ਨਾਇਆ ਨੌ
नौ नौ कर पूरे नौ मेरा ध्यान पड़कोना पूरे नेड़े हो हथ कर ओए ओए तू तीन बारी फेल हो गया अठवीं दे विचों बंदा बन जा सुधर जा पढ़ ले कर माड़ा मोटा हो जा पास आ देख ला तेरे अद्धे अद्धे ने जेड़े तेरे नाल बैठे शर्म नहीं हो तेनू तानू ओदे बापू नूं बुला के लैके आई बापू नूं नहीं मार्डर जी बापू मैनूं कुटूगा जी ते मैं तेनू खंड पाऊंगा बापू मार्डर मार्डर चल पखंडे ना कर बैठ चल के उत्ते बैठ बैठ तानू ना लैके आया ना बापू नूं ओदे नूं पुत मेरिया ओदे नूं मुर्गा बना लूं अरे तुसी ओए मोटे आया तू सर जी मैं नहीं सी आई मैं तां इह नाल लैके गई सी जी ये तू तां सियाणी है ਹੁਸ਼ਿਆਰ ਆ ਪੜ੍ਹਨ ਦੇ ਵਿੱਚ ਇਹਨਾਂ ਨਾਲ ਰਲ ਕੇ ਨਲਾਇਕ ਹੋਣਾ ਮੈਨੂੰ ਤਾਂ ਜੀ ਇਹੀ ਲੈ ਕੇ ਗਏ ਸੀ ਇਹ ਤਾਂ ਕਹਿੰਦੀ ਖੂਦ ਛਾਲ ਮਾਰ ਮਾਰੇਗੀ ਨਹੀਂ ਜੀ ਗੱਲ ਸੁਣ ਲਓ ਮੇਰੀ ਸਾਰੇ ਕੰਨ ਖੋਲ ਕੇ ਨਾਲੇ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੈ ਬੰਦਾ ਤਾਂ ਪੁੱਤ ਬਣਾ ਦੂ ਇਹਦੇ ਬਾਅਦ ਕੋਈ ਬਹਿਤ ਕੀਤੀ ਦਾ ਨਾਲੇ ਤੂੰ ਓਏ ਪੱਪੀ ਕੱਲ ਨੂੰ ਉਹਦੇ ਬਾਪੂ ਨੂੰ ਲੈ ਕੇ ਆਈ ਜ਼ਰੂਰ ਸਾਰੇ ਸਕੂਲ ਦੇ ਹਾਲਾਤ ਖਰਾਬ ਕਰ ਰੱਖੇ ਆ ਪ੍ਰਿੰਸੀਪਲ ਆਫਿਸ ਜਾਣਾ ਸੀ ਦੱਸ ਸਕਦੇ ਹੋ ਕਿੱਥੇ ਆ ਤੁਸੀਂ ਇੱਥੇ ਨਵੇਂ ਆਏ ਹੋ ਹਾਂਜੀ ਤੁਸੀਂ ਪ੍ਰਿੰਸੀਪਲ ਆਫਿਸ ਛੱਡੋ ਤੁਸੀਂ ਇੱਥੋਂ ਦੇ ਮੋਸਟ ਟੈਲੈਂਟ ਟੀਚਰ ਨੂੰ ਤਾਂ ਮਿਲੇ ਹੀ ਨਹੀਂ ਉਹ ਕੌਣ ਉਹ ਮੈਂ ਆ ਜੀ ਮੈਂ ਇੱਥੋਂ ਦਾ ਟੀਪੀ ਮਾਸਟਰ ਅੱਛਾ ਜੀ ਹਾਂਜੀ ਐਕਚੁਅਲੀ ਹੁਣ ਮੈਨੂੰ ਦੱਸੋਗੇ ਪਲੀਜ਼ ਆਫਿਸ ਕਿੱਥੇ ਮੈਂ ਲੇਟ ਹੋ ਰਹੀ ਹਾਂ ਤੁਸੀਂ ਇੱਥੋਂ ਨਾ ਐਵੇਂ ਕਰੋ ਪਹਿਲਾਂ ਖੱਬੇ ਜਾਣਾ ਫਿਰ ਸੱਜੇ ਹੋ ਕੇ ਅੱਗੇ ਪ੍ਰਿੰਸੀਪਲ ਦਾ ਆਫਿਸ ਹੈ ਥੈਂਕ ਯੂ ਸੋ ਮਚ ਚਲੋ ਆ ਜਾਓ ਮੈਂ ਛੱਡ ਆਉਣਾ ਨਹੀਂ ਕੋਈ ਗੱਲ ਨਹੀਂ ਮੈਂ ਚੱਲ ਜਾਵਾਂਗੀ ਠੀਕ ਹੈ ਜੀ ਥੈਂਕ ਯੂ ਸੋ ਮਚ ਇੱਕ ਮਿੰਟ ਮੈਮ ਨਾਲੇ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਆਵੇ ਤਾਂ ਮੈਨੂੰ ਜ਼ਰੂਰ ਦੱਸਿਓ ਕੋਈ ਗੱਲ ਨਹੀਂ ਠੀਕ ਹੈ ਆਮ ਸੌਰੀ ਮੈਮ ਤੁਸੀਂ ਇੱਥੇ ਕਿੱਦਾਂ ਐਕਚੁਅਲੀ ਮੇਰੇ ਨਾਲ ਇੱਥੇ ਨਿਊ ਜੁਆਇਨਿੰਗ ਹੈ ਤੇ ਮੈਂ ਪ੍ਰਿੰਸੀਪਲ ਆਫਿਸ ਜਾਣਾ ਹਾਂ ਮੈਮ ਮੇਰਾ ਨਾਮ ਹੈ ਜੀਤਪਾਲ ਸਿੰਘ ਤੇ ਮੈਂ ਇੱਥੇ ਮੈਥ ਦਾ ਟੀਚਰ ਹਾਂ ਓਕੇ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੁੰਦੀ ਹੈ ਤਾਂ ਮੈਨੂੰ ਦੱਸ ਸਕਦੇ ਹੋ ਕੋਈ ਗੱਲ ਨਹੀਂ ਜ਼ਰੂਰ ਤੇ ਮੈਮ ਆਜੋ ਕੋਈ ਨਹੀਂ ਮੈਂ ਸੈੱਟ ਹੋਣਾ ਤੁਹਾਨੂੰ ਇਟਸ ਓਕੇ ਮੈਂ ਚੱਲ ਜਾਂਦੀ ਨਹੀਂ ਮੈਮ ਕੋਈ ਗੱਲ ਨਹੀਂ ਮੈਂ ਫ੍ਰੀ ਹੋਈ ਹਾਂ ਕੋਈ ਗੱਲ ਨਹੀਂ ਤੁਸੀਂ ਲਗਾਓ ਕਲਾਸ ਮੈਂ ਚੱਲ ਜਾਂਦੀ ਓਕੇ ਮੈਮ ਓਕੇ ਹਾਏ ਓਏ ਇੰਨੀ ਸੋਹਣੀ ਆ ਚਲੋ ਇੰਨੇ ਬਣੇ ਸਾਡਾ ਵੀ ਜੀ ਲੱਗ ਜਾ ਕਰੂ ਸਰ ਬਾਹਰ ਇੱਕ ਲੇਡੀ ਆਏ ਨੇ ਹਾਏ ਹੁਣ ਤਾਂ ਮੈਂ ਕੁਝ ਕੀਤਾ ਵੀ ਨਹੀਂ ਸਰ ਲੇਡੀ ਟੀਚਰ ਹੈ ਬਹੁਤ ਸੋਹਣੇ ਨੇ ਫਿਰ ਬਾਹਰ ਕਾਹਤੋਂ ਖੜਾ ਕੇ ਅੰਦਰ ਭੇਜ ਓਕੇ ਜਲਦੀ ਜਲਦੀ ਕਰ ਹਾਂਜੀ ਮੈਂ ਤੁਹਾਡੀ ਕੀ ਸੇਵਾ ਕਰੀ ਸੀ ਐਕਚੁਅਲੀ ਮੈਂ ਨਾ ਇੱਥੇ ਜੋਬ ਲਈ ਆਈ ਸੀ ਤੇ ਮੈਨੂੰ ਪਤਾ ਲੱਗਿਆ ਵੀ ਥੋੜੀ ਸਕੂਲ 'ਚ ਇੰਗਲਿਸ਼ ਟੀਚਰ ਦੀ ਰਿਕੁਆਇਰਮੈਂਟ ਹੈ ਹੈਗੀ ਆ ਜੀ ਹੈਗੀ ਆ ਤੇ ਆ ਸੀ ਮੇਰੀ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਤਾਂ ਜੀ ਤੁਹਾਡੀ ਓਕੇ ਹੈ ਸਾਰਾ ਕੁਝ ਸਰ ਤੁਸੀਂ ਫਾਈਲ ਗਲਤ ਪੜੀ ਹੈ ਬਸ ਠੀਕ ਹੈ ਜੀ ਮੈਂ ਦੇਖ ਲਿਆ ਓਕੇ ਆ ਕਲੀਅਰ ਆ ਡਨ ਆ ਸਾਰਾ ਮੈਂ ਜੋਬ ਪੱਕੀ ਸਮਝ ਪਰ ਮੈਂ ਤੁਹਾਡੀ ਇੱਕ ਸ਼ਰਤ ਆ ਕੀ ਸ਼ਰਤ ਸਰ ਕੁੜੀ ਸਾਨੂੰ ਅਨਮੈਰਿਡ ਚਾਹੀਦੀ ਹੈ ਜੀ ਮੈਂ ਸਰ ਅਨਮੈਰਿਡ ਹੀ ਹਾਂ ਲੈ ਬਣ ਗਈ ਗੱਲ ਫਿਰ ਓਕੇ ਆ ਜਮਾ ਥੋੜੀ ਜੋ ਜਮਾ ਵੱਟਦੇ ਪਈ ਆ ਮੈਂ ਫਿਰ ਮੰਡੇ ਜੁਆਇਨ ਕਰ ਲੈ ਤੁਸੀਂ ਹੁਣੇ ਬੈਠੋ ਹੁਣੇ ਜੁਆਇਨ ਕਰੋ ਮੈਂ ਤੁਹਾਨੂੰ ਸਕੂਲ ਦਿਖਾਉਣਾ ਸਾਰਾ ਕੋਈ ਗੱਲ ਨਹੀਂ ਸਰ ਮੈਂ ਆਪੇ ਵੇਖ ਲਾਂਗੀ ਠੀਕ ਹੈ ਜੀ ਠੀਕ ਹੈ ਮੈਂ ਜਾਵਾਂ ਫਿਰ ਸਰ ਇੱਕ ਮਿੰਟ ਮੈਮ ਹਾਂਜੀ ਸਰ ਤੁਹਾਡਾ ਨਾਮ ਕੀ ਹੈ ਜੀ ਵੈਸੇ ਰੀਤ ਕੌਰ ਸਰ ਰੀਤ ਵੈਸੇ ਰੀਤ ਜੀ ਇੱਕ ਗੱਲ ਤੁਹਾਨੂੰ ਮੈਂ ਕਹਿ ਦੇਣਾ ਚਾਹਣਾ ਹਾਂਜੀ ਸਰ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਆ ਬਸ ਬਸ ਸਰ ਮੈਂ ਸਿੱਧਾ ਆ ਕੇ ਤੁਹਾਨੂੰ ਹੀ ਦੱਸੂੰਗੀ ਕਰੈਕਟ ਬਿਲਕੁਲ ਕਰੈਕਟ ਸਿਆਣੇ ਹੋ ਤੁਸੀਂ ਸਿਆਣੇ ਹੋ ਪੂਰੀ ਸਿਆਣੇ ਹੋ ਤੁਸੀਂ ਮੈਂ ਚੱਲਦੀ ਹਾਂ ਡਨ ਡਨ ਓਕੇ ਹੋ ਗਿਆ ਯਾਰ ਮੈਂ ਤਾਂ ਬਾਪੂ ਨੂੰ ਬੁਲਾਇਆ ਕੱਲ੍ਹ ਬਾਪੂ ਬਹੁਤ ਕੁੱਟੂਗਾ ਉਹ ਮੇਰੀ ਗੱਲ ਸੁਣੇ ਪੱਪੀ
ਮੈਨੂੰ ਪਤਾ ਤੇਰੇ ਡੇਲੀ ਬਾਪੂ ਦਾ ਬਹੁਤ ਸਿੱਤਰ ਪੈਂਦੇ ਯਾਰ, ਤੂੰ ਬੁਲਾ ਲਈ ਯਾਰ ਬਾਪੂ ਨੂੰ। ਓਏ ਯਾਰ ਉਹ ਨਹੀਂ ਗੱਲ ਓ ਪੱਪੀ, ਸਾਰਾ ਕੁਝ ਛੱਡੋ, ਆਪਾਂ ਜਾਮਣਾ ਲੈਣ ਚੱਲਦੇ ਹਾਂ ਹੁਣ। ਓਏ ਹਾਂ ਓਏ, ਮੇਰੀ ਗੱਲ ਸੁਣੋ, ਆਪਾਂ ਨੂੰ ਮੇਰੇ ਚਾਚੇ ਦੇ ਖੇਤ ਚੱਲਦੇ ਹਾਂ ਜੇ, ਉਹਨਾਂ ਦੇ ਮੁੜਾ ਫਲੀਆਂ ਘੈਂਟ ਘੈਂਟ ਮੋਟੀਆਂ ਮੋਟੀਆਂ ਜਾਮਣਾ ਲੱਗੀਆਂ। ਚਲੋ ਚੱਲ, ਮੇਰੀ ਗੱਲ ਸੁਣੋ, ਆਪਾਂ ਇੱਧਰ ਦੀ ਨਹੀਂ ਜਾਂਦੇ ਹੈਗੇ, ਆਪਾਂ ਇੱਧਰ ਦੀ ਚੱਲਦੇ ਹਾਂ ਮੱਕੀ ਬਾਈ ਦੀ, ਇੱਧਰ ਮੇਰਾ ਚਾਚਾ ਖੜਾ ਹੁੰਦਾ ਯਾਰ। ਚੱਲ ਇੱਧਰ, ਚੱਲ ਆਪਾਂ ਐਂ ਕਰਾਂਗੇ, ਆਪਾਂ ਬੈਗ ਵੀ ਮੱਕੀ ਝੀਲ ਕੋ ਚੱਲਾਂਗੇ। ਚੱਲ ਆਇਓ। ਕੁੰਨੂਆਂ ਮੋਟੀਆਂ ਮੋਟੀਆਂ ਕਾਲੀਆਂ ਕਾਲੀਆਂ ਜਾਮਣਾ ਹੈ ਨਾ, ਤੇਰੇ ਨਾਲੋਂ ਕਾਲਾ ਨੀ ਹੈਗਾ ਦੁਨੀਆਂ ਦੇ ਕੋਲ। ਕਿਉਂ ਮੋਟਾ ਆ, ਚੜੇਗਾ ਤਾਂ? ਉਹ ਮੈਂ ਮੁੜੀ ਚੜਦਾ ਉਹਦਾ, ਉੱਥੇ ਤੂੰ ਮੈਨੂੰ ਪਹਿਲਾਂ ਅੱਗੇ ਧੱਕਾ ਮਾਰ ਕੇ ਸੜਤਾ ਥੱਲੇ। ਚੱਲ ਫਿਰ ਪੱਪੀ ਤੂੰ ਚੜ। ਆਹੋ ਪੱਪੀ ਨੂੰ ਦੇਣੀ ਪੈਣੀ ਆ ਹੁਣ ਤਾਂ ਕੁਰਬਾਨੀ। ਹਾਂ ਪੱਪੀ ਦਾ ਮਤਲਬ ਜਮਾਂ ਮੌਕ ਕੋਈ ਆ। ਨਾ 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 ਨਾ, ਜਾਮਣਾ ਤਾਂ ਸਾਰੀਆਂ ਮਿਲ ਸਕਦੀਆਂ, ਪਰ ਇੱਕ ਛੱਤ 'ਤੇ। ਕੀ? ਉਹ ਸਾਹਮਣੇ ਮੱਠੀ ਪਈ ਆ, ਉਹਦਾ ਨਿਸ਼ਾਨਾ ਲਾਉਣਾ, ਅਤੇ ਜਿਹਦਾ ਨਿਸ਼ਾਨਾ ਲੱਗ ਗਿਆ ਸਾਰੀਆਂ ਜਾਮਣਾ ਉਹਦੀਆਂ। ਉਹ ਨਾ ਬਈ, ਮੇਰਾ ਚਾਚਾ ਕਹਿੰਦਾ ਸੀ ਉੱਥੇ ਤਾਂ ਬਾਹਲੀ ਸ਼ਕਤੀ ਵਾਲਾ ਬਾਬਾ ਰਹਿੰਦਾ, ਜਿਹਦੇ ਮਗਰ ਪੈ ਜਾਏ ਨਾ ਉਹਦਾ ਖਹਿੜਾ ਹੀ ਨਹੀਂ ਛੱਡਦਾ। ਲੱਗਦਾ ਵੀ ਜਾਮਣਾ ਖਾਣੀਆਂ ਨਹੀਂ ਫਿਰ। ਜਾਮਣਾ ਤਾਂ ਮੈਂ ਖਾਣੀਆਂ। ਚੱਲ ਫਿਰ ਆ ਜਾ ਆ ਜਾ। ਉਹ ਪਈਆ ਮੱਟੀ, ਠੀਕ ਆ, ਪਿੱਛੇ ਹੋ ਜਾ, ਪਿੱਛੇ ਹੋ ਜਾ। ਇਹ ਆਹ ਖਿੱਚਤੀ ਲਕੀਰ, ਇੱਥੋਂ ਮਾਰਨਾ, ਠੀਕ ਆ ਆਪਾਂ ਨਿਸ਼ਾਨਾ, ਠੀਕ ਆ? ਠੀਕ ਆ, ਚੱਲ ਪੱਪੀ ਮਾਰਾਂ, ਪਿੱਛੇ ਹੋ ਜਾ। ਲੱਗ ਗਿਆ ਵਾ ਮੋਟੇ, ਮੈਂ ਲਾਉਣਾ ਲਾ। ਉਹ ਲੱਗ ਗਿਆ, ਲੱਗ ਗਿਆ, ਲੈ ਵੀ ਦੇਖ ਹੁਣ। ਚੱਲ ਬਈ, ਸਾਡੇ ਤਾਂ ਨਿਸ਼ਾਨੇ ਲੱਗ ਗਏ, ਜਾਮਣਾ ਸਾਡੀਆਂ ਅੱਧੀਆਂ ਅੱਧੀਆਂ, ਜੇ ਤੇਰਾ ਲੱਗ ਗਿਆ ਤਾਂ ਤੈਨੂੰ ਤੀਜਾ ਹਿੱਸਾ ਦੇ ਦਾਂਗੇ। ਇਹਨਾਂ ਦਾ ਕੀ ਹੈ ਜਟਵੈੜਾਂ ਦਾ, ਰੰਜੇ ਤਾਂ ਇਹੋ ਜਿਹੀਆਂ ਜਾਮਣਾ ਤੋਂ ਆਪਾਂ ਐਂ ਕਰਦੇ ਹਾਂ, ਪਾਸੇ ਦੀ ਰੋੜਾਂ ਲੰਘਾ ਦਿੰਦੇ ਹਾਂ। ਲੈ ਵੀ ਸਾਡੇ ਤਾਂ ਹੋ ਗਿਆ ਅੱਧੋ ਅੱਧ ਜਾਮਣਾ, ਅਸਾਂ ਚੱਲੇ ਹਾਂ। ਕੋਈ ਗੱਲ ਨਹੀਂ ਬਈ, ਨਾ ਦਿਓ ਜਾਮਣਾ, ਮੈਂ ਵੀ ਬਹਿ ਜਾਣਾ ਇੱਥੇ ਹੀ, ਆਹੀ ਯਾਰੀ ਸੀ ਤੁਹਾਡੀ ਵੀ। ਨਾ ਹੁਣ ਇਕੱਲੇ ਇਕੱਲੇ ਜਾਮਣਾ ਖਾਓਗੇ? ਇਕੱਲੇ ਇਕੱਲੇ ਹੀ ਖਾਵਾਂਗੇ, ਤੂੰ ਤਾਂ ਸ਼ਰਤ ਹਾਰ ਗਿਆ ਸੀ। ਖਾ ਕੇ ਵਿਖਾ। ਮੇਰੇ ਟਿੱਲੇ ਵਾਲਿਆ ਬਾਬਾ, ਤੈਨੂੰ ਦੇਵਾ ਲਾਲ ਜਰਾਬਾਂ, ਛੇਤੀ ਆਉਣ ਦੇ ਟਿੱਲੇ ਤੇ ਸੌ ਕੇ ਗੋਲ ਸਰਾਣਾ ਵੇ, ਮੈਨੂੰ ਪੈਣ ਦੇ ਟਿੱਲੇ ਤੇ ਲੈ ਕੇ ਗੋਲ ਸਰਾਣਾ ਵੇ, ਮੈਨੂੰ ਪੈਣ ਦੇ ਟਿੱਲੇ ਤੇ ਸ਼ਗਨ ਮਨਾ ਦਵਾਂ, ਤੇਰੇ ਹਾਰ ਫੁੱਲਾਂ ਦੇ ਪਾ ਦਾਂ, ਪੈਣ ਦੇ ਟਿੱਲੇ ਤੇ ਲੈ ਕੇ ਗੋਲ ਸਰਾਣਾ, ਮੈਨੂੰ ਪੈਣ ਦੇ ਟਿੱਲੇ ਤੇ ਲੈ ਕੇ ਗੋਲ ਸਰਾਣਾ, ਮੈਨੂੰ ਪੈਣ ਦੇ ਟਿੱਲੇ ਤੇ। ਜੈ ਹੋ ਬਾਬਾ ਜੀ ਦੀ, ਜੈ ਹੋ, ਜੈ ਹੋ ਬਾਬਾ ਜੀ ਦੀ। ਕੀ ਦੁੱਖ ਆ ਬੱਚਾ,
ਬਾਬਾ ਅਸੀਂ ਨਾ ਖੇਤ ਗਏ ਸੀ ਜਾਮਣਾ ਤੋੜਨ ਉੱਥੇ ਨਾ ਮੱਟੀ ਪਈ ਸੀ ਅਸੀਂ ਉੱਥੇ ਸ਼ਰਤ ਲਾ ਲਈ ਵੀ ਉੱਥੇ ਡਲਾ ਮਾਰਨਾ ਹੈਗਾ ਅਤੇ ਸਾਡੇ ਤਾਂ ਡਲੇ ਵੱਜ ਗਏ ਇਹਦਾ ਤਾਂ ਡਲਾ ਵੀ ਨਹੀਂ ਵੱਜਿਆ ਇਹਨੂੰ ਪਤਾ ਨਹੀਂ ਕੀ ਹੋ ਗਿਆ ਕੌਣ ਆ ਤੂੰ ਕਿਉਂ ਜਵਾਕ ਨੂੰ ਤੰਗ ਕੀਤਾ ਬਾਬਾ ਓਏ ਮੇਰੀ ਜਗ੍ਹਾ 'ਤੇ ਨਿਸ਼ਾਨੇ ਲਾਈ ਜਾਂਦੇ ਸੀ ਉਹ ਜਦੋਂ ਪਹਿਲੇ ਨੇ ਰੋੜਾ ਮਾਰਿਆ ਉਹ ਮੈਂ ਬਚ ਗਿਆ ਉਹ ਜਦੋਂ ਦੂਸਰੇ ਨੇ ਰੋੜਾ ਮਾਰਿਆ ਮੈਂ ਡਰਦਾ ਬਾਹਰ ਨਿਕਲ ਆਇਆ ਉਹ ਇਹਨੇ ਕੰਜਰ 'ਤੇ ਨੇ ਜਦੋਂ ਰੋੜਾ ਮਾਰਿਆ ਉਹ ਸਿੱਧਾ ਮੇਰੇ ਨਾਸਾਂ 'ਤੇ ਹੀ ਠੋਕਿਆ ਉਹ ਬਾਬਾ ਫਿਰ ਮੈਨੂੰ ਫੜ ਲਿਆ ਠੀਕ ਆ ਦਰਵੇਸਾ ਜਵਾਕਾਂ ਤੋਂ ਗਲਤੀ ਹੋ ਗਈ ਹੁਣ ਇਹਦਾ ਖਹਿੜਾ ਛੱਡ ਦੇ ਇੱਥੋਂ ਚਲਾ ਜਾ ਠੀਕ ਆ ਭਗਤਾ ਜੇ ਤੂੰ ਕਹਿੰਦਾ ਤਾਂ ਮੈਂ ਚਲਾ ਜਾਂਦਾ ਉਹ ਮੈਂ ਕਿੱਥੇ ਆ ਕਿੱਥੇ ਆ ਮੈਂ ਉਹ ਜਾਮਣਾ ਜਾਮਣਾ ਨੇ ਤਾਂ ਅੱਗੇ ਪੰਗੇ ਪਵਾਇਆ ਚਲੋ ਕਰੇ ਧੰਨਵਾਦ ਬਾਬਾ ਜੀ ਬਹੁਤ ਬਹੁਤ ਜੈ ਬੋਰਡ ਵਾਲੇ ਬਾਬਾ ਜੀ ਦੀ ਬਾਬਾ ਤੈਨੂੰ ਦਹਿਮਾ ਲਾਲ ਜਰਾਬਾਂ ਛੇਤੀ ਆਉਣ ਦੇ ਟਿੱਲੇ ਤੇ ਯਾਰ ਮਾਸਟਰ ਨੇ ਆਖਿਆ ਸੀ ਬਾਪੂ ਨੂੰ ਲੈ ਕੇ ਆਉਣਾ ਜੇ ਬਾਪੂ ਨੂੰ ਨਾ ਲੈ ਕੇ ਤਾਂ ਅੱਜ ਕੁੱਟ ਵੀ ਬਹੁਤ ਪਊਗੀ ਬਾਪੂ ਬਾਪੂ ਹਾਂ ਬੋਲ ਤੈਨੂੰ ਸਕੂਲ 'ਚ ਬੁਲਾਇਆ ਸੀ ਸਕੂਲ 'ਚ ਸਕੂਲ 'ਚ ਮੈਂ ਕੀ ਕਰਨਾ ਉਹੀ ਬੁਲਾਇਆ ਉਹੀ ਨਹੀਂ ਬੁਲਾਇਆ ਹੋਣਾ ਪੱਕਾ ਤੇਰੀ ਬੇਇੱਜ਼ਤੀ ਕਰਨੀ ਹੋਣੀ ਉਹਨਾਂ ਨੇ ਮੇਰੀ ਤਾਂ ਹੋ ਗਈ ਤੇਰੀ ਕਰਨੀ ਆ ਸਾਲਾ ਚਾੜਦਾ ਹੋਣਾ ਕੋਈ ਨਵਾਂ ਚੰਨ ਆਹ ਦੇਖ ਲਾ ਕਰਤਾਰ ਕੋਲੇ ਆਹ ਸਕੂਲ 'ਚ ਬੁਲਾਇਆ ਮੈਨੂੰ ਚਾੜਦਾ ਹੋਣਾ ਤੇਰੇ ਲਾਡਲੇ ਨੇ ਕੋਈ ਨਵਾਂ ਚੰਨ ਬਾਪੂ ਮੇਰਾ ਨਾਂ ਕੱਟ ਦੇਣਗੇ ਨਾਂ ਕੱਟ ਦੇਣਗੇ ਤੇ ਵੱਡੇ ਡੀਸੀ ਦਾ ਚੱਲ ਲੱਗ ਮੂਹਰੇ ਚੱਲੀਏ ਸਕੂਲ 'ਚ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਲਵਾ ਦੇ ਡੋ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਲਵਾ ਦੇ ਡੋ ਸਖੀਆਂ ਨਾਮ ਸਾਈਂ ਦੇ ਬੋਲ ਨਾਮ ਸਾਈਂ ਦਾ ਇੱਥੇ ਬੈਠਾ ਹੀ ਕਰਦਾ ਮੋਟੇ ਹੋਏ ਆ ਗਿਆ ਤੂੰ ਪੱਪੀ ਨੂੰ ਉਡੀਕਦਾ ਸੀਗਾ ਮੈਂ ਉਹ ਕਹਿੰਦਾ ਵੀ ਮੈਂ ਆਉਣਾ ਵਾਂ ਖੱਟੀਆਂ ਕਟੋਰੀਆਂ ਵੀ ਲੈ ਕੇ ਆਊਗਾ ਨਾਲੇ ਤੈਨੂੰ ਪਤਾ ਨਹੀਂ ਪੱਪੀ ਦਾ ਉਹਦੇ ਬਾਪੂ ਨਾਲ ਆਊਗਾ ਅੱਜ ਓਏ ਹਾਂ ਉਹ ਕਹਿੰਦਾ ਮੈਂ ਉਹਦੇ ਬਾਪੂ ਨੂੰ ਸੱਦ ਕੇ ਲਿਆਉਣਾ ਸਕੂਲ ਚੱਲਦਾ ਜੇ ਪੱਪੀ ਨਾਲ ਦੇਖਦਾ ਕੀ ਬਣਦਾ ਆ ਜਾ ਕੱਢੀ ਮੈਨੂੰ ਆ ਜਾ ਤੂੰ ਰੋਟੀਆਂ ਘੱਟ ਖੜਾ ਕਰਨਾ ਉਹ ਆ ਜਾ ਕਰਾਂ ਭੱਜਾ ਲੇਟ ਹੋਈ ਜਾਂਦੇ ਹਾਂ ਮਾਸਟਰ ਕੁੱਟਣਗੇ ਫਿਰ ਅੱਜ ਫੇਰ ਪੈਣੀ ਆਪਣੇ ਓਏ ਉਹਦੇ ਪੈਣੀ ਅੱਜ ਤਾਂ ਪੱਪੀ ਇਹਦੇ ਪੱਪੀ ਦੇ 70 ਪੈਣਗੇ ਅੱਜ ਬਾਪੂ ਜਲਦੀ ਚੱਲ ਪਹਿਲੇ ਹੀ ਲੇਟ ਆ ਹਾਂ ਜਲਦੀ ਚੱਲ ਤਾਂ ਮਰੂਤੀ ਕਾਰ ਆ ਮਾਰ ਕੇ ਹਨਾ ਹਾਂ ਵੀ ਬੱਚਿਓ ਅੱਜ ਹੈਗਾ ਸ਼ਨੀਵਾਰ ਇਹ ਅੱਜ ਮੇਰਾ ਦਿਲ ਕਰਦਾ ਆਪਾਂ ਬਾਲ ਸਭਾ ਲਾਈ ਤੁਸੀਂ ਕੋਈ ਨਾ ਕੋਈ ਜਾਣਾ ਕੋਈ ਨਾ ਕੋਈ ਗੀਤ ਸੁਣਾਓ ਕੌਣ ਸੁਣਾਊਗਾ ਸਰ ਜੀ ਮੈਂ ਸੁਣਾਵਾਂ ਜੀ ਹਾਂ ਲਵ ਰੂਪੂ ਸੁਣਾ ਸਰ ਜੀ ਮੈਂ ਇੱਕ ਹੀ ਸੁਣਾਉਂਗਾ ਜੀ ਪਰ ਹਾਂ ਇੱਕ ਹੀ ਸੁਣਾ ਦੇ ਵਧੀਆ ਸੁਣਾ ਦੇ ਠੀਕ ਪਰ ਇਹਨੂੰ ਧਿਆਨ ਨਾਲ ਸੁਣਾ ਠੀਕ ਹੈ ਹਾਂ ਹਾਂ ਸੋਹਣਾ ਹੁਣ ਮਿਲ ਜਾ ਵੀਰਾ ਤੇਰੀ ਉਮਰ ਚਾਰ ਜੁਗ ਹੋਵੇ ਹਾਂ ਸਾਡਾ ਸਾਵੀ ਅਥਰਾੜਿਓ ਜਿਹੜਾ ਤੁਰ ਬਣ ਬਣ ਚੋਵੇ ਹਾਂ ਤੇਰੀਆਂ ਪਾਉਣਾ ਜੱਖ ਚਿਹਰੇ ਅਸੀਂ ਰੱਖਦੇ ਮਸਾਂ ਕੋ ਕੇ ਹਾਂ ਕੀ ਅਲ ਵੇਲੇ ਪੈਦਾ ਤੇਰਾ ਤੇ ਅਧਿਆਰ ਕੋਲ ਨਾ ਹੋਵੇ ਹਾਂ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲਾ ਮੱਲੀ ਆ ਗਈ ਸੋਹਣ ਯਾਰ ਦੀ ਕੱਪੜੀਆਂ ਮਾਰ ਲਈ ਇੱਥੇ ਕਾਪੀਆਂ ਕੱਢੋ ਆਪਣੇ ਸਤਿ ਸ਼੍ਰੀ ਅਕਾਲ ਮਾਸਟਰ ਸਾਹਿਬ ਦੇਖੋ ਮਾਸਟਰ ਜੀ ਕੁਛ ਮਰਜ਼ੀ ਕਰੋ ਕੁੱਟੋ ਮਾਰੋ ਇਹ ਬੰਦੇ ਦਾ ਪੁੱਤ ਬਣਨਾ ਚਾਹੀਦਾ ਪਾਪਾ ਬੰਦੇ ਦਾ ਕਿਵੇਂ ਮੈਂ ਤਾਂ ਤੇਰਾ ਪਤਾ ਨੀ ਕੱਲ ਨਾ ਚਾਚਾ ਕਹਿੰਦਾ ਸੀ ਕਹਿੰਦਾ ਤੇਰਾ ਪਾਪਾ ਵੀ ਕੋਈ ਬੰਦਾ ਹੈ ਦੇਖੋ ਮਾਸਟਰ ਜੀ ਤੁਹਾਡੇ ਮੂਹਰੇ ਵੀ ਐਂ ਬੋਲਦਾ ਤੂੰ ਕੰਨ ਫੜੋ ਫੜ ਗਿਆ ਨਾ ਮਾਸਟਰ ਜੀ ਕੁਛ ਮਰਜ਼ੀ ਕਰੋ ਮੇਰਾ ਬੱਚਾ ਸੁਧਰਨਾ ਚਾਹੀਦਾ ਕੋਈ ਗੱਲ ਨਹੀਂ ਸੁਰਿੰਦਰ ਸਿੰਘ ਅੱਜ ਤੋਂ ਇਹ ਮੇਰਾ ਜਵਾਕ ਆ ਮੈਂ ਇਹਨੂੰ ਕੁੱਟਾਂ ਮਾਰਾਂ ਪਰ ਮੈਂ ਇਹਨੂੰ ਸੁਧਾਰ ਦੂੰਗਾ ਬਸ ਤੁਸੀਂ ਜਮਾਂ ਬੇਫਿਕਰ ਰਹੋ ਠੀਕ ਆ ਜੀ ਧੰਨਵਾਦ ਜੀ ਬਹੁਤ ਬਹੁਤ ਚੰਗਾ ਜੀ ਫਿਰ ਮੈਂ ਚੱਲਦਾ
ਪਿਆਰੇ ਦੋਸਤੋ ਸਾਡੀ ਵੀਡੀਓ ਇਹ ਤੁਹਾਨੂੰ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ, ਜੇ ਚੰਗੀ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰਿਓ, ਕਿਉਂਕਿ ਸਾਰੀ ਟੀਮ ਦੀ ਪੂਰੀ ਜਿਹੜੀ ਮਿਹਨਤ ਲੱਗੀ ਆ, ਮੇਰਾ ਛੋਟਾ ਵੀਰ ਹਰਮਨ ਬਰਾੜ ਅਤੇ ਰਿੱਕੀ ਘੈਂਟ ਅਤੇ ਮੈਂ ਅਰਮਾਨ ਧਾਲੀਵਾਲ ਅਤੇ ਨਿਤਿਨ ਬਾਂਕਰ ਵਿੱਕੀ ਕੋਲੋਕੇ ਅਤੇ ਦੀਪ ਧਾਲੀਵਾਲ ਰਾਮ ਸੰਧੂ, ਬਹੁਤ ਮਿਹਨਤ ਲੱਗੀ ਸੀ, ਉਮੀਦ ਆ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਧਾਲੀਵਾਲ ਜੱਟ ਰੈਕਰ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਅੱਗੇ ਤੋਂ ਅੱਗੇ ਅਸੀਂ ਨਵੇਂ ਤੋਂ ਨਵੇਂ ਕਨਸੈਪਟ ਜਿਹੜੇ ਤੁਹਾਡੇ ਅੱਗੇ ਲਿਆ ਸਕੀਏ। ਕੁਛ ਕਹਿਣਾ ਚਾਹੋਗੇ? ਬਸ ਦੱਬ ਕੇ ਸ਼ੇਅਰ ਕਰ ਦਿਓ ਬਈ, ਬਹੁਤ ਮਿਹਨਤ ਲੱਗੀ ਹੈ, ਚੱਕ ਦਿਓ ਫੱਟੇ, ਧੰਨਵਾਦ ਜੀ ਸਾਰਿਆਂ ਦਾ। ਓਕੇ।